Hi students, this is IELTS writing lessons for writing task 2 at English Helpline Jagrao, and the topic will relate to agree disagree type of essay. Let's begin. Topic is, most developed countries spend a large proportion of their health budgets on expensive medical technology and procedures. ਜ਼ਿਆਦਾਤਰ ਡਿਵੈਲਪਡ ਕੰਟਰੀਜ਼ ਨੇ ਜਿਹੜੀਆਂ ਉਹ ਆਪਣਾ ਇੱਕ ਲਾਰਜ ਪ੍ਰਪੋਰਸ਼ਨ ਜਿਹੜਾ ਬਜਟ ਦਾ ਕਾਫੀ ਵੱਡਾ ਹਿੱਸਾ ਉਹ ਐਕਸਪੈਂਸਿਵ ਮੈਡੀਕਲ ਟੈਕਨੋਲੋਜੀ ਐਂਡ ਪ੍ਰੋਸੀਜਰ ਤੇ ਸਪੈਂਡ ਕਰਦੇ ਆ। ਦਿਸ ਮਨੀ ਸ਼ੁੱਡ ਬੀ ਸਪੈਂਡ ਇਨਸਟੈਡ ਔਨ ਹੈਲਥ ਐਜੂਕੇਸ਼ਨ ਟੂ ਕੀਪ ਪੀਪਲ ਵੈਲ। ਹੁਣ ਇਹ ਸਲਾਹ ਦਿੱਤੀ ਹੋਈ ਆ, ਇਹ ਜਿਹੜਾ ਪੈਸਾ ਵਾ ਉਹ ਹੈਲਥ ਐਜੂਕੇਸ਼ਨ 'ਤੇ ਸਪੈਂਡ ਕਰਨਾ ਚਾਹੀਦਾ ਲੋਕਾਂ ਨੂੰ ਸਹੀ ਰੱਖਣ ਦੇ ਲਈ, ਤੰਦਰੁਸਤ ਰੱਖਣ ਦੇ ਲਈ। ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ। ਕਿਸ ਹੱਦ ਤੱਕ ਤੁਸੀਂ ਇਸ ਸਟੇਟਮੈਂਟ ਦੇ ਨਾਲ ਐਗਰੀ ਕਰਦੇ ਹੋ ਜਾਂ ਫਿਰ ਡਿਸਐਗਰੀ ਕਰ ਰਹੇ ਹੋ। ਅਤੇ ਜਦੋਂ ਵੀ ਆਪਾਂ ਇੰਟਰੋਡਕਸ਼ਨ ਲਿਖਣੀ ਆ, ਪੈਰਾਫਰੇਜ਼ ਐਂਡ ਯੂਅਰ ਓਪੀਨੀਅਨ ਮੈਂਸ਼ਨ ਕਰਨਾ ਇੱਥੇ। ਪੈਰਾਫਰੇਜ਼ਿੰਗ, ਇਟ ਇਜ਼ ਸਰਟਨਲੀ ਟਰੂ ਦੈਟ ਐਡਵਾਂਸਡ ਮੈਡੀਕਲ ਟੈਕਨੋਲੋਜੀ ਐਂਡ ਮੈਥਡਸ ਅਕਾਊਂਟ ਫੋਰ ਅ ਕੰਸਿਡਰੇਬਲ ਅਮਾਊਂਟ ਆਫ ਹੈਲਥ ਬਜਟ ਇਨ ਦਾ ਐਫਲੂਐਂਟ ਕੰਟਰੀਜ਼। ਐਫਲੂਐਂਟ ਮਤਲਬ ਡਿਵੈਲਪਡ ਜਾਂ ਰਿਚ ਕੰਟਰੀਜ਼। ਇਹ ਟਰੂ ਆ, ਐਡਵਾਂਸ ਜਿਹੜੀ ਮੈਡੀਕਲ ਟੈਕਨੋਲੋਜੀ ਦੇ ਮੈਥਡਸ ਨੇ ਉਹ ਜ਼ਿਆਦਾ ਪੈਸਾ ਜਿਹੜਾ ਉਹਦੇ 'ਤੇ ਖਰਚ ਕੀਤਾ ਜਾਂਦਾ ਵਾ, ਬਹੁਤ ਵੱਡਾ ਅਮਾਊਂਟ। ਇਹ ਹੋ ਗਈ ਪੈਰਾਫਰੇਜ਼ਿੰਗ। ਹੁਣ ਤੁਹਾਡਾ ਓਪੀਨੀਅਨ ਦੇਣਾ ਤੁਸੀਂ ਇੱਥੇ। ਜੇਕਰ ਤੁਸੀਂ ਕੰਪਲੀਟਲੀ ਐਗਰੀ ਕਰ ਰਹੇ ਹੋ ਤਾਂ ਤੁਸੀਂ ਲਿਖਣਾ, ਪਰਸਨਲੀ ਕੰਸਿਡਰਿੰਗ ਦਿਸ ਨੋਸ਼ਨ ਇਜ਼ ਮੋਰ ਲਾਈਕਲੀ ਟੂ ਬੀ ਫੇਵਰਡ ਡਿਊ ਟੂ ਸਬਸਕ੍ਰਿਪਟ ਰੀਜ਼ਨਸ। ਡਿਸਐਗਰੀ ਕਰਦੇ ਹੋ, ਪਰਸਨਲੀ ਕੰਸਿਡਰਿੰਗ ਦਿਸ ਨੋਸ਼ਨ ਇਜ਼ ਅਨਲਾਈਕਲੀ ਟੂ ਬੀ ਫੇਵਰਡ ਡਿਊ ਟੂ ਸਬਸਕ੍ਰਿਪਟ ਰੀਜ਼ਨਸ। ਜੇ ਤੁਸੀਂ ਪਾਰਸ਼ਲੀ ਐਗਰੀ ਕਰ ਰਹੇ ਹੋ, ਪਰਸਨਲੀ ਕੰਸਿਡਰਿੰਗ ਦਿਸ ਨੋਸ਼ਨ ਇਜ਼ ਲੈਸ ਲਾਈਕਲੀ ਟੂ ਬੀ ਫੇਵਰਡ ਬਿਕੋਜ਼ ਦਿਸ ਮਨੀ ਕੁਡ ਬੀ ਇਕੁਅਲੀ ਸਪੈਂਟ ਔਨ ਹੈਲਥ ਐਜੂਕੇਸ਼ਨ ਐਂਡ ਬਾਇੰਗ ਨਿਊ ਟੈਕਨੋਲੋਜੀਜ਼ ਟੈਕਨੀਕਸ। ਅਤੇ ਇਹ ਤਿੰਨੋਂ ਜਿਹੜੇ ਐਗਰੀ ਡਿਸਐਗਰੀ ਜਾਂ ਫਿਰ ਪਾਰਸ਼ਲੀ ਐਗਰੀ ਹੋ ਸਕਦੇ, ਤੁਸੀਂ ਤੁਹਾਡੀ ਚੋਇਸ ਆ, ਤੁਸੀਂ ਟੋਪਿਕ ਨੂੰ ਸਮਝ ਕੇ ਕਿੱਦਾਂ ਲਿਖਣਾ ਚਾਹੁੰਦੇ ਹੋ। ਨੈਕਸਟ ਆਪਾਂ ਇੰਟਰੋਡਕਸ਼ਨ ਜਿਹੜੀ ਲਿਖੀ, ਅੱਜ ਆਪਾਂ ਪਾਰਸ਼ਲੀ ਐਗਰੀ ਹੋ ਰਹੇ ਹਾਂ। ਇਟ ਇਜ਼ ਸਰਟਨਲੀ ਟਰੂ ਦੈਟ ਐਡਵਾਂਸਡ ਮੈਡੀਕਲ ਟੈਕਨੋਲੋਜੀ ਐਂਡ ਮੈਥਡਸ ਅਕਾਊਂਟ ਫੋਰ ਏ ਕੰਸਿਡਰੇਬਲ ਅਮਾਊਂਟ ਆਫ ਹੈਲਥ ਬਜਟ ਇਨ ਦਾ ਡਿਵੈਲਪਡ ਕੰਟਰੀਜ਼। ਹਾਊਐਵਰ ਦਿਸ ਨੋਸ਼ਨ ਇਜ਼ ਲੈਸ ਲਾਈਕਲੀ ਟੂ ਬੀ ਫੇਵਰਡ ਬਿਕੋਜ਼ ਦਿਸ ਮਨੀ ਕੁਡ ਬੀ ਇਕੁਅਲੀ ਸਪੈਂਟ ਔਨ ਹੈਲਥ ਐਜੂਕੇਸ਼ਨ ਐਂਡ ਬਾਇੰਗ ਨਿਊ ਟੈਕਨੀਕਸ। ਪਹਿਲਾਂ ਫਸਟ ਪੈਰਾ, ਔਨ ਦਾ ਵਨ ਹੈਂਡ ਇਟ ਇਜ਼ ਐਕਸੈਪਟੇਬਲ ਦੈਟ ਗਵਰਨਮੈਂਟ ਸ਼ੁੱਡ ਐਲੋਕੇਟ ਫੰਡਸ ਫੋਰ ਹੈਲਥ ਅਵੇਅਰਨੈਸ ਪ੍ਰੋਗਰਾਮਸ। ਹੁਣ ਹੈਲਥ ਅਵੇਅਰਨੈਸ ਪ੍ਰੋਗਰਾਮ ਕਿਹੜੇ ਹੋ ਗਏ? ਹੈਲਥ ਐਜੂਕੇਸ਼ਨ। ਦਾ ਰੀਜ਼ਨ ਇਜ਼ ਦੈਟ ਮੈਨੀ ਡਿਸੀਜ਼ ਆਰ ਏ ਕੋਨਸੀਕੁਐਂਸ ਆਫ ਆਵਰ ਡਿਸਰਪਟਿਵ ਲਾਈਫ ਸਟਾਈਲ। ਜ਼ਿਆਦਾਤਰ ਜਿਹੜੇ ਬਿਮਾਰੀਆਂ ਨੇ ਉਹ ਸਾਡੇ ਹੀ ਜਿਹੜਾ ਗਲਤ ਲਾਈਫ ਸਟਾਈਲ ਉਹਦੇ ਕਰਕੇ ਹੁੰਦਾ, ਜਿਵੇਂ ਕਿ ਸੈਡੈਂਟਰੀ ਲਾਈਫ, ਜੰਕ ਫੂਡ ਖਾਂਦੇ ਆਪਾਂ, ਨੋ ਫਿਜ਼ੀਕਲ ਐਕਸਰਸਾਈਜ਼, ਐਡਿਕਸ਼ਨ ਆਫ ਇਲੈਕਟ੍ਰਿਕ ਗੈਜਟਸ। ਇਹ ਤੁਸੀਂ ਡਰੱਗਸ ਵਗੈਰਾ ਵੀ ਮੈਂਸ਼ਨ ਕਰ ਸਕਦੇ ਹੋ। ਜਦੋਂ ਇਹਨਾਂ ਚੀਜ਼ਾਂ ਦੀ ਨੌਲੇਜ ਦੇਗੀ ਮਿਲੇਗੀ ਲੋਕਾਂ ਨੂੰ, ਐਜੂਕੇਸ਼ਨ ਮਿਲਦੀ ਰਹੇਗੀ ਹੈਲਥ ਪ੍ਰਤੀ, ਤਾਂ ਹੋ ਸਕਦਾ ਕਿ ਲੋਕ ਜਿਹੜੇ ਆ ਉਹ ਅੱਗੇ ਜਾ ਕੇ ਬਿਮਾਰੀਆਂ ਦਾ ਸ਼ਿਕਾਰ ਹੀ ਨਾ ਹੋਣ। ਨੈਕਸਟ, ਕੰਪਲਸਰੀ ਸਬਜੈਕਟਸ ਇਨ ਦਾ ਕਰੀਕੁਲਮ ਆਫ ਐਜੂਕੇਸ਼ਨਲ ਇੰਸਟੀਟਿਊਟਸ। ਹੁਣ ਜ਼ਰੂਰ ਆ, ਹੈਲਥ ਐਜੂਕੇਸ਼ਨ ਦੇਣੀ ਚਾਹੀਦੀ ਆ, ਬੱਚਿਆਂ ਨੂੰ ਹੀ ਸਟਾਰਟ ਕਰ ਦੇਣੀ ਚਾਹੀਦੀ ਆ ਸ਼ੁਰੂ ਦੇ ਵਿੱਚ ਹੀ, ਕਿ ਬੱਚਿਆਂ ਨੂੰ ਹੀ ਐਜੂਕੇਸ਼ਨ ਦਿੱਤੀ ਜਾਵੇ ਤਾਂ ਜੋ ਉਹ ਜਦੋਂ ਅਡਲਟ ਹੁੰਦੇ ਨੇ ਤਾਂ ਉਦੋਂ ਤੱਕ ਉਹ ਹੈਲਦੀ ਰਹਿਣ, ਇਮਿਊਨਿਟੀ ਉਹਨਾਂ ਦੀ ਜ਼ਿਆਦਾ ਸਟਰੋਂਗ ਹੋਵੇ ਕਿਉਂਕਿ ਲਾਈਫ ਸਟਾਈਲ ਵਧੀਆ ਹੋਏਗਾ ਉਹਨਾਂ ਦਾ। ਅਤੇ ਇੱਕ ਪੁਆਇੰਟ ਹੁਣ ਤੁਸੀਂ ਆਪਣੇ ਕੋਲੋਂ ਲਿਖਣਾ ਵਾ। ਸੈਕਿੰਡ ਜਿਹੜਾ ਪੈਸੇਜ ਹੋਏਗਾ, ਪੈਰਾਗ੍ਰਾਫ, ਔਨ ਦਾ ਅਦਰ ਹੈਂਡ ਦੇਅਰ ਆਰ ਸਰਟਨ ਮੈਡੀਕਲ ਕੰਡੀਸ਼ਨਸ ਔਰ ਡਿਸੀਜ਼ਸ ਵੇਅਰ ਇਨ ਐਕਸਪੈਂਸਿਵ ਮੈਡੀਕਲ ਇਕਵਿਪਮੈਂਟਸ ਆਰ ਨੈਸੈਸਰੀ।
ਹੁਣ ਇਕੱਲੀ ਐਜੂਕੇਸ਼ਨ ਨਾਲ ਵੀ ਕੁਛ ਨਹੀਂ ਹੋ ਸਕਦਾ, ਕਿਤੇ ਨਾ ਕਿਤੇ ਕੁਛ ਕੰਡੀਸ਼ਨਸ ਇੱਦਾਂ ਦੀਆਂ ਹੁੰਦੀਆਂ, ਮੈਡੀਕਲ ਕੰਡੀਸ਼ਨ ਜਾਂ ਡਿਸੀਜ਼ ਇੱਦਾਂ ਦੇ ਹੁੰਦੇ ਆ ਜਿੱਥੇ ਕਿ ਐਕਸਪੈਂਸਿਵ ਮੈਡੀਕਲ ਇਕਵਿਪਮੈਂਟਸ ਵੀ ਬਹੁਤ ਜ਼ਰੂਰੀ ਨੇ, ਜਿਵੇਂ ਕਿ ਇਨ ਕੇਸ ਆਫ ਐਨ ਐਮਰਜੈਂਸੀ ਔਰ ਐਕਸੀਡੈਂਟ, ਨੀਡ ਆਪਰੇਸ਼ਨ ਔਰ ਸਰਜਰੀ। ਹੁਣ ਕਿਤੇ ਐਮਰਜੈਂਸੀ ਆ, ਐਕਸੀਡੈਂਟ ਹੋ ਗਿਆ ਤਾਂ ਓਬਵੀਅਸ ਆ ਐਕਸਪੈਂਸਿਵ ਜਿਹੜੀਆਂ ਮੈਡੀਕਲ ਇਕਵਿਪਮੈਂਟਸ ਨੇ, ਟੈਕਨੀਕਸ ਨੇ, ਉਹਨਾਂ ਰਾਹੀਂ ਹੀ ਪਰਸਨ ਨੂੰ ਸੇਵ ਕੀਤਾ ਜਾ ਸਕਦਾ, ਉਹਦੀ ਸਰਜਰੀ ਵਗੈਰਾ ਜਾਂ ਓਪਰੇਸ਼ਨ ਦੀ ਜ਼ਰੂਰਤ ਪੈ ਸਕਦੀ ਆ ਉੱਥੇ। ਇੱਥੇ ਫਿਰ ਐਜੂਕੇਸ਼ਨ ਕੁਛ ਨਹੀਂ ਕਰ ਸਕਦੀ। ਨੈਕਸਟ, ਕੰਡੀਸ਼ਨਸ ਆਫ ਦਾ ਸਪਰੈਡ ਆਫ ਐਨ ਐਪੀਡੈਮਿਕ ਔਰ ਫਲੂ। ਹੁਣ ਕਿਤੇ ਕੋਈ ਐਪੀਡੈਮਿਕ ਪੈਨਡੈਮਿਕ ਫੈਲ ਗਿਆ ਜਾਂ ਕੋਈ ਫਲੂ ਫੈਲ ਗਿਆ ਇੱਕੋ ਦਮ, ਤਾਂ ਉਹਦੀ ਰੋਕਥਾਮ ਦੇ ਲਈ, ਠੀਕ ਆ, ਉਹਨੂੰ ਕਿਓਰ ਕਰਨ ਦੇ ਲਈ, ਲੋਕਾਂ ਨੂੰ ਟ੍ਰੀਟ ਕਰਨ ਦੇ ਲਈ ਕੋਈ ਵੈਕਸੀਨੇਸ਼ਨ ਦੀ ਜ਼ਰੂਰਤ ਪਏਗੀ, ਤਾਂ ਓਬਵੀਅਸ ਆ ਉਹ ਤਾਂਹੀਓ ਵੈਕਸੀਨੇਸ਼ਨ ਕੋਈ ਇਨਵੈਂਟ ਹੋ ਪਾਏਗੀ ਜੇਕਰ ਐਕਸਪੈਂਸਿਵ ਇਕਿਪਮੈਂਟਸ ਹੈਗੇ ਨੇ, ਪ੍ਰੋਸੀਜਰਸ ਹੈਗੇ ਨੇ, ਤਾਂਹੀਓ ਹੋ ਪਾਏਗਾ। ਇੱਥੇ ਵੀ ਐਜੂਕੇਸ਼ਨ ਕੁਛ ਨਹੀਂ ਕਰ ਸਕਦੀ ਗੀ, ਸਿਰਫ ਔਰ ਸਿਰਫ ਜਿਹੜਾ ਇੱਥੇ ਵੈਕਸੀਨੇਸ਼ਨ ਦੀ ਲੋੜ ਪਏਗੀ ਅਤੇ ਐਕਸਪੈਂਸਿਵ ਜਿਹੜੇ ਇਕਿਪਮੈਂਟਸ ਨੇ ਜਾਂ ਟੈਕਨੋਲੋਜੀ ਆ ਉਹੀ ਕੰਮ ਆਏਗੀ। ਲਾਸਟ 'ਤੇ ਤੁਸੀਂ ਕੋਈ ਐਗਜ਼ਾਮਪਲ ਦੇ ਸਕਦੇ, ਜਿਵੇਂ ਕਿ ਕਰੋਨਾ ਦੀ ਐਗਜ਼ਾਮਪਲ ਦੇ ਸਕਦੇ ਹੋ। ਕਰੋਨਾ ਦੇ ਵਿੱਚ ਦੋਨੋਂ ਹੀ ਕੰਮ ਆਇਆ, ਐਜੂਕੇਸ਼ਨ ਵੀ, ਲੋਕਾਂ ਨੂੰ ਪਹਿਲਾਂ ਐਜੂਕੇਟ ਕੀਤਾ ਕਿ ਕਿੱਦਾਂ ਤੁਸੀਂ ਇਹ ਤੋਂ ਬਚ ਕੇ ਰਹਿਣਾ ਵਾ, ਕੀ ਪ੍ਰੀਕੋਸ਼ਨਸ ਯੂਜ਼ ਕਰਨੇ ਆ ਤੁਸੀਂ, ਅਤੇ ਨਾਲ ਦੀ ਨਾਲ ਹੀ ਵੈਕਸੀਨੇਸ਼ਨ ਵੀ ਜਿਹੜੀ ਆ ਉਹ ਇਨਵੈਂਟ ਕਰ ਲਈ ਗਈ ਅਤੇ ਉਹ ਸਾਰੇ ਲੋਕਾਂ ਨੂੰ ਵੈਕਸੀਨੇਟ ਕੀਤਾ ਗਿਆ ਅਤੇ ਉਹ ਠੀਕ ਹੋ ਗਏ, ਮਤਲਬ ਬਚੇ ਰਹੇ ਉਸ ਬਿਮਾਰੀ ਤੋਂ। ਇਹ ਪੁਆਇੰਟਸ ਨੇ, ਇਸ ਤੋਂ ਇਲਾਵਾ ਕਿ ਪੁਆਇੰਟਸ ਤੁਸੀਂ ਲਿਖ ਸਕਦੇ ਹੋ, ਦੇਰ ਵਿਲ ਬੀ ਨੋ ਇਸ਼ੂ, ਬਟ ਦੋਜ਼ ਪੁਆਇੰਟਸ ਮਸਟ ਬੀ ਰਿਲੇਟਡ ਟੂ ਯੋਰ ਟੋਪਿਕ, ਉਹ ਪੁਆਇੰਟਸ ਜਿਹੜੇ ਆ ਟੋਪਿਕ ਨਾਲ ਰਿਲੇਟ ਕਰਦੇ ਹੋਣੇ। ਲਾਸਟ ਦੇ ਵਿੱਚ ਫਿਰ ਕਨਕਲੂਜ਼ਨ, ਤਿੰਨ ਤਰ੍ਹਾਂ ਦੇ ਨੇ, ਤੁਸੀਂ ਬਾਕੀ ਸਾਰਾ ਸੇਮ ਹੀ ਲਿਖਣਾ, ਸਿਰਫ ਇੱਕੋ ਵਰਡ ਚੇਂਜ ਕਰਨਾ ਮੈਂ, ਐਗਰੀ, ਡਿਸਐਗਰੀ ਜਾਂ ਫਿਰ ਪਾਰਸ਼ਲੀ ਐਗਰੀ। ਟੂ ਸਮ ਅਪ, ਆਫਟਰ ਕੰਸਿਡਰਿੰਗ ਆਲ ਦਾ ਫੈਕਟਰਸ ਇਨ ਦਾ ਫਾਰਮੈਂਸ਼ਨ ਪੈਰਾਗ੍ਰਾਫਸ, ਆਈ ਵੁੱਡ ਐਗਰੀ ਵਿਦ ਦਾ ਬਿਲੀਫ ਦੈਟ ਇਕਨੋਮਿਕ ਆਊਟਲੇ ਔਨ ਹੈਲਥ ਐਡੀਫਿਕੇਸ਼ਨ ਇਜ਼ ਮੋਰ ਐਡਵਾਂਟੇਜੀਅਸ ਦੈਨ ਸਪੈਂਡਿੰਗ ਇਟ ਔਨ ਮੈਡੀਕਲ ਮਸ਼ੀਨਰੀ ਐਂਡ ਟੈਕਨੀਕਸ। ਜੇ ਤੁਸੀਂ ਕਹਿਤਾ ਕਿ ਮੈਂ ਐਗਰੀ ਕਰਦਾ ਵਾਂ ਸਟੇਟਮੈਂਟ ਦੇ ਨਾਲ, ਡਿਸਐਗਰੀ ਕਰ ਰਹੇ ਹੋ ਤਾਂ ਇਹ ਆ ਜਾਏਗਾ, ਪਾਰਸ਼ਲੀ ਐਗਰੀ ਕਰ ਰਹੇ ਹੋ ਤਾਂ ਆਹ ਤੁਹਾਡਾ ਲਾਸਟ ਦੇ ਵਿੱਚ ਜਾ ਕੇ ਕਨਕਲੂਜ਼ਨ ਆ ਜਾਏਗਾ, ਜਿਹੜਾ ਕਿ ਬਹੁਤ ਜ਼ਿਆਦਾ ਈਜ਼ੀ ਆ। That's all for today's writing task 2. Thanks for watching. Keep supporting. Share ਕਰ ਸਕਦੇ ਹੋ ਤੁਸੀਂ ਜੇਕਰ ਤੁਹਾਨੂੰ ਇਹ ਠੀਕ ਲੱਗੇ, ਨਹੀਂ ਲੱਗੀ ਤਾਂ ਸਾਨੂੰ ਸੁਜੈਸ਼ਨ ਦੇ ਸਕਦੇ ਹੋ ਕਿ ਕੀ ਆਪਾਂ ਇਹਦੇ ਵਿੱਚ ਚੇਂਜਸ ਕਰ ਸਕਦੇ ਹਾਂ, ਇੰਪਰੂਵਮੈਂਟ ਕੀ ਹੋ ਸਕਦੀਆਂ ਨੇ। ਥੈਂਕ ਯੂ ਵੈਰੀ ਮੱਚ, ਬੈਸਟ ਆਫ ਲੱਕ।